ਹਾਂਜੀ ਮਿੱਤਰੋ ਸਵਾਗਤ ਕਰਦੇ ਹਾਂ ਤੁਹਾਡਾ ਸਭ ਦਾ ਸਾਡੇ ਚੈਨਲ ਕੇਸਟਡੀ ਪਾਉਣ ਦੇ ਵਿੱਚ ਦੋਸਤੋ ਲੈ ਕੇ ਹਾਜ਼ਰ ਹਾਂ 6ਵੀਂ ਜਮਾਤ ਵਾਲਿਆਂ ਦੇ ਲਈ ਸਾਇੰਸ ਦਾ ਪੇਪਰ ਜੋ ਕਿ ਨਵੰਬਰ ਪ੍ਰੀਖਿਆ ਦੇ ਵਿੱਚ ਹੋਣ ਵਾਲਾ ਹੈ ਤੁਹਾਡੇ ਸਭ ਦੇ ਲਈ ਲੈ ਕੇ ਹਾਜ਼ਰ ਹਾਂ ਦੋਸਤੋ ਫੁੱਲੀ ਸੌਲਡਰ ਪੇਪਰ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਕਿਉਂਕਿ ਇਹ ਪੇਪਰ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਵੀ ਵੇਖਣ ਨੂੰ ਮਿਲਣਗੇ ਤੇ ਦੋਸਤੋ ਦੇਖ ਸਕਦੇ ਹੋ ਭਾਗ ੳ ਹੇਠ ਦਿੱਤੇ ਬਹੁ ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦਿਓ ਸਾਰੇ ਪ੍ਰਸ਼ਨ ਜ਼ਰੂਰੀ ਹਨਾ ਇੱਕ ਇੱਕ ਨੰਬਰ ਦੇ ਹੋਣਗੇ ਦੋਸਤੋ ਸੱਤ ਕੁਐਸਚਨ ਹੋਣਗੇ ਜਿਸ ਦੇ ਵਿੱਚ ਦੋਸਤੋ ਪਹਿਲਾ ਕੁਐਸਚਨ ਆ ਜਾਂਦਾ ਹੈ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਪਾਰਦਰਸ਼ੀ ਹੈ ਤੇ ਉੱਤਰ ਆ ਜੀ ਦੋਸਤੋ ਕੱਚਾ ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਨਹੀਂ ਹੈ ਹਾਂਜੀ ਦੋਸਤੋ ਪਦਾਰਥ ਨਹੀਂ ਹੈ ਆਵਾਜ਼ ਇਸ ਦਾ ਆਨਸਰ ਆ ਜੂਗਾ ਹਵਾ ਦੁਆਰਾ ਮਿਸ਼ਰਣ ਦੇ ਭਾਰੀ ਅਤੇ ਹਲਕੇ ਕਣਾਂ ਨੂੰ ਨਿਖੇੜਨ ਦੀ ਕਿਹੜੀ ਵਿਧੀ ਨਾਲ ਵੱਖ ਕੀਤਾ ਜਾਂਦਾ ਹੈ ਇਸ ਦੇ ਉੱਤਰ ਆ ਜੀ ਦੋਸਤੋ ਉਡਾਉਣਾ ਤੁਸੀਂ ਆਪਣੇ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਉਸ ਵਿੱਚੋਂ ਮਿੱਟੀ ਪੱਥਰਾ ਆਦਿ ਬਾਹਰ ਕੱਢਦੇ ਦੇਖਿਆ ਹੋਵੇਗਾ ਇਹ ਕਿਹੜੀ ਵਿਧੀ ਹੋ ਸਕਦੀ ਹੈ ਇਸ ਨੂੰ ਉੱਤਰ ਆ ਜੀ ਦੋਸਤੋ ਹੱਥ ਨਾਲ ਚੁਗਣਾ ਤੇ ਅੱਗੇ ਆ ਜੋ ਪੰਜਵਾਂ ਕੁਐਸਚਨ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਗ ਪਸਲੀਆਂ ਦੁਆਰਾ ਸੁਰੱਖਿਤ ਹੁੰਦਾ ਹੈ ਇਸ ਦਾ ਉੱਤਰ ਆ ਜੀ ਦੋਸਤੋ ਦੇਲਾ ਕੋਗੇ ਕਿਸ ਦੀ ਸਹਾਇਤਾ ਨਾਲ ਚਾਲਣ ਕਰਦੇ ਹਨ ਤੇ ਦੋਸਤੋ ਇਸ ਦਾ ਇਸ ਦਾ ਉੱਤਰ ਆ ਜੀ ਪੇਸ਼ੀਦਾਰ ਪੈਰ ਤੇ ਅੱਗੇ 7ਵਾਂ ਕੁਸਚਨ ਆ ਜੀਓ ਮੱਛੀਆਂ ਕਿਸ ਦੀ ਸਹਾਇਤਾ ਨਾਲ ਪਾਣੀ ਵਿੱਚ ਆਪਣਾ ਸੰਤੁਲਨ ਬਣਾ ਕੇ ਰੱਖਦੀਆਂ ਹਨ ਅਤੇ ਆਪਣੀ ਗਤੀ ਦੀ ਦਿਸ਼ਾ ਵਿੱਚ ਬਦਲਾਅ ਕਰਦੀਆਂ ਹਨ ਉੱਤਰ ਆ ਦੋਸਤੋ ਖੰਪ ਤੇ ਅੱਗੇ ਆ ਜੀ ਦੂਜਾ ਕੁਸਚਨ ਹੈ ਇੱਥੇ ਲਿਖਿਆ ਹੈ ਪ੍ਰਸ਼ਨਾਂ ਦੇ ਉੱਤਰ ਦਿਓ ਕੋਈ 4 ਪ੍ਰਸ਼ਨ ਕਰਨੇ ਹੋਣੇ ਦੋਸਤੋ ਇਹ ਆਜੂਗਾ ਤੁਹਾਡਾ 2-2 ਨੰਬਰਾਂ ਦੇ ਇਹ ਕੁਸਚਨ ਹੋਣਗੇ ਇੱਕ ਕੁਸਚਨ ਤੁਹਾਡਾ 2 ਨੰਬਰਾਂ ਦਾ ਹੋਵੇਗਾ ਆ ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ਇਸ ਦਾ ਉੱਤਰ ਆ ਜੀ ਦੋਸਤੋ ਉਹ ਵਸਤੂਆਂ ਜਿਨ੍ਹਾਂ ਦੇ ਆਰ ਪਾਰ ਕੁਝ ਨਹੀਂ ਦੇਖਿਆ ਜਾ ਸਕਦਾ ਉਹਨਾਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ਤੇ ਅੱਗੇ ਆ ਜੀ ਆ ਤਲਛਟਣ ਵਿਧੀ ਦੀ ਪਰਿਭਾਸ਼ਾ ਲਿਖੋ ਇਸ ਦਾ ਉੱਤਰ ਆ ਜੀ ਦੋਸਤੋ ਉਹ ਵਿਧੀ ਜਿਸ ਵਿੱਚ ਅਕੋਲਣਸ਼ੀਲ ਠੋਸ ਭਾਰੀ ਕਣ ਤਰਲ ਵਿੱਚ ਹੀਠਾਂ ਬੈਠ ਜਾਂਦੇ ਹਨ ਨੂੰ ਤਲਛਟਣ ਤਲ ਛਟਣਾ ਕਿਹਾ ਜਾਂਦਾ ਹੈ ਇਸ ਕਿਰਿਆ ਵਿੱਚ ਜਿਹੜੇ ਅਕੋਲਣਸ਼ੀਲ ਠੋਸ ਭਾਰੀ ਕਣ ਤਰਲ ਵਿੱਚ ਹੀਠਾਂ ਬੈਠ ਜਾਂਦੇ ਹਨ ਉਨਾ ਘੋਲਨ ਘੋਲਨ ਕੋਲਨ ਸੀਲ ਠੋਸ ਕਣਾਂ ਨੂੰ ਤਲਛਟ ਕਿਹਾ ਜਾਂਦਾ ਹੈ ਉਡਾਣਾ ਕਿਸ ਨੂੰ ਆਖਦੇ ਹਨ ਉਤਰਾਏ ਦੋਸਤੋ ਉਡਾਣਾ ਇਹ ਨਿਖੇੜਨ ਦੀ ਉਹ ਵਿਧੀ ਹੈ ਜਿਸ ਵਿੱਚ ਮਿਸ਼ਰਣ ਦੇ ਹਲਕੇ ਅਤੇ ਭਾਰੀਾਂ ਸੰਨ ਉਹਨਾਂ ਦੀ ਘਣਤਾ ਦੀ ਵਿਪਿਨਤਾ ਦੇ ਆਧਾਰ ਤੇ ਹਵਾ ਦੇ ਬੁੱਲਿਆਂ ਦੁਆਰਾ ਅਲੱਗ ਕੀਤਾ ਜਾਂਦਾ ਹੈ ਕਿਸਾਨ ਇਸ ਦੀ ਵਿਧੀ ਦਾ ਉਪਯੋਗ ਕਰਕੇ ਤੂੜੀ ਨੂੰ ਕਣਕਾ ਦੇ ਭਾਰੇ ਤਾਣਿਆਂ ਤੋਂ ਵੱਖ ਕਰਦੇ ਹਨ ਤੇ ਅੱਗੇ ਆ ਜੀ ਦੋਸਤੋ ਗਤੀ ਅਤੇ ਚਾਲਨ ਵਿੱਚ ਚੱਲਨ ਵਿੱਚ ਕੀ ਅੰਤਰ ਹੈ ਇਸ ਦਾ ਉੱਤਰ ਆ ਜੀ ਦੋਸਤੋ ਸਰੀਰ ਦੇ ਅੰਗਾਂ ਦੀ ਸਥਿਤੀ ਵਿੱਚ ਪਰਿਵਰਤਨ ਨੂੰ ਗਤੀ ਕਹਿੰਦੇ ਹਨ ਜੀਵਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਨੂੰ ਚਾਲਨ ਕਹਿੰਦੇ ਹਨ ਤੇ ਅੱਗੇ ਆ ਜੀ ਦੋਸਤੋ ਕੋਈ ਇੱਕ ਪ੍ਰਸ਼ਨ ਕਰੋ ਹਾਂ ਜੀ ਦੋਸਤੋ ਇੱਕੋ ਹੀ ਇੱਕ ਪ੍ਰਸ਼ਨ ਕਰਨਾ ਹੈ ਜੋ ਕਿ ਤੁਹਾਡਾ 5 ਮਾਰਕਸ ਦਾ ਹੋਵੇਗਾ ਕੀ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ਇਸ ਦਾ ਉੱਤਰ ਆ ਜੀ ਦੋਸਤੋ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੁੰਦੇ ਜਦੋਂ ਅਸੀਂ ਕੋਈ ਵੀ ਤਰਲ ਤਰਲ ਦਾ ਮਿਸ਼ਰਣ ਕਰਦੇ ਹਾਂ ਤਾਂ ਅਸੀਂ ਤਿੰਨ ਚੀਜ਼ਾਂ ਦੇਖਦੇ ਹਾਂ ਕੁਝ ਤਰਲ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਘੁਲ ਜਾਂਦੇ ਹਨ ਕੁਝ ਤਰਲ ਨਹੀਂ ਘੁਲਦੇ ਜਿਹੜੇ ਤਰਲ ਪਾਣੀ ਵਿੱਚ ਘੁਲ ਜਾਂਦੇ ਹਨ ਉਹਨਾਂ ਨੂੰ ਮਿਸਿਬਲ ਤਰਲ ਕਹਿੰਦੇ ਹਨ ਜਿਵੇਂ ਕਿ ਸਿਰਕਾ ਤੇ ਪਾਣੀ ਜਿਹੜੇ ਤਰਲ ਪਾਣੀ ਵਿੱਚ ਨਹੀਂ ਘੁਲਦੇ ਉਹਨਾਂ ਨੂੰ ਮਿਸਿਬਲ ਤਰਲ ਕਹਿੰਦੇ ਹਨ ਜਿਵੇਂ ਤੇਲ ਅਤੇ ਪਾਣੀ ਜਿਹੜੇ ਤਰਲ ਅੰਸ਼ਕ ਤੌਰ ਤੇ ਘੁਲਦੇ ਹਨ ਪਾਪ ਕੀ ਪੂਰੀ ਤਰ੍ਹਾਂ ਨਾਲ ਘੁਲਦੇ ਹਨ ਘੁਲਦੇ ਨਹੀਂ ਉਹਨਾਂ ਨੂੰ ਕੁਝ ਹੱਦ ਤੱਕ ਘੁਲਣ ਵਾਸਤੇ ਇਮਿਸਿਬਲ ਤਰਲ ਕਹਿੰਦੇ ਹਨ ਜਿਵੇਂ ਫਰਨਾਲ ਤੇ ਪਾਣੀ ਯਾਨੀ ਖੇੜਕ ਕੀ ਹੈ ਦੋਸਤੋ ਇੱਕ ਕੁਐਸਚਨ ਕਰ ਸਕਦੇ ਹੋ ਦੋਨਾਂ ਵਿੱਚੋਂ ਇੱਕ ਕਰ ਸਕਦੇ ਹੋ ਤੁਸੀਂ ਜਿਹੜਾ ਵੀ ਸੌਖਾ ਲੱਗਦਾ ਤੁਹਾਨੂੰ ਉਹ ਕੁਐਸਚਨ ਕਰ ਸਕਦੇ ਹੋ ਜਿਵੇਂ ਕਿ ਇਹ ਨਿਖੇੜਨ ਕੀ ਹੈ ਸਾਨੂੰ ਮਿਸ਼ਰਣ ਵਿੱਚੋਂ ਵੱਖ-ਵੱਖ ਅੰਸ਼ਾਂ ਨੂੰ ਨਿਖੇੜਨ ਦੀ ਕਿਉਂ ਜ਼ਰੂਰਤ ਹੁੰਦੀ ਹੈ ਇਸ ਦਾ ਉੱਤਰ ਹੈ ਦੋਸਤੋ ਉਹ ਵਿਧੀ ਜਿਸ ਨਾਲ ਪਦਾਰਥ ਨੂੰ ਵੱਖ ਕੀਤਾ ਜਾਂਦਾ ਹੈ ਨਿਖੇੜਨ ਖਵਾਂਦੀ ਹੈ ਨਿਖੇੜਨ ਨਿਖੇੜਨ ਦਾ ਮੁੱਖ ਕਾਰਨ ਕਿਸੇ ਮਿਸ਼ਰਣ ਵਿੱਚ ਲਾਹੇਵੰਦ ਪਦਾਰਥਾਂ ਨੂੰ ਵੱਖ ਕਰਨਾ ਹੁੰਦਾ ਹੈ ਕਈ ਵਾਰੀ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਨੂੰ ਅਲੱਗ ਕਰਨ ਵਿੱਚ ਅਲੱਗ ਕਰਨ ਲਈ ਵੀ ਨਿਖੇੜਨ ਦੀ ਲੋੜ ਹੁੰਦੀ ਹੈ ਮਿਸ਼ਰਣ ਦੇ ਅੰਗਾਂ ਨੂੰ ਜਾਂ ਸੁਧਿਆਂ ਨੂੰ ਹੇਠ ਲਿਖੇ ਕਾਰਨਕਾਰਕਾਂ ਕਰਕੇ ਨਿਖੇੜਿਆ ਜਾਂਦਾ ਹੈ ਅਣਉਪਯੋਗੀ ਅਤੇ ਹਾਨੀਕਾਰਕ ਪਦਾਰਥਾਂ ਨੂੰ ਵੱਖ-ਵੱਖ ਕਰਨ ਲਈ ਉਦਾਹਰਨ ਲਈ ਚਾਵਲ ਦਾਣੇ ਤੇ ਦਾਲਾਂ ਵਿੱਚੋਂ ਪੱਥਰ ਦੇ ਟੁਕੜੇ ਵੱਖ ਕਰਨਾ ਉਸੇ ਤਰ੍ਹਾਂ ਨਦੀਆਂ ਤੇ ਝੀਲਾਂ ਦੇ ਪਾਣੀ ਵਿੱਚ ਅਸੁਧੀਆਂ ਤੇ ਕੀਟਾਣ ਹੁੰਦੇ ਹਨ ਇਹ ਪਾਣੀ ਪੀਣ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ ਇਸ ਲਈ ਇਹਨਾਂ ਅਸੁਧੀਆਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਹੈ ਉਪਯੋਗੀ ਅੰਸ਼ਾਂ ਨੂੰ ਪ੍ਰਾਪਤ ਕਰਨ ਲਈ ਮਿਸ਼ਰਣ ਵਿੱਚ ਕੁਝ ਪਦਾਰਥ ਦੂਜੇ ਪਦਾਰਥਾਂ ਨਾਲੋਂ ਜ਼ਿਆਦਾ ਉਪਯੋਗੀ ਹੁੰਦੇ ਹਨ ਉਹਨਾਂ ਨੂੰ ਪ੍ਰਾਪਤ ਕਰਨ ਲਈ ਨਿਖੇੜਨ ਦੀ ਲੋੜ ਹੁੰਦੀ ਹੈ ਜਿਵੇਂ ਮੱਖਣ ਅਤੇ ਲੱਸੀ ਲੱਸੀ ਪ੍ਰਾਪਤ ਕਰਨ ਲਈ ਦਹੀਂ ਰੜਕਣਾ ਪੈਟਰੋਲੀਅਮ ਵਿੱਚ ਪੈਟਰੋਲ ਡੀਜ਼ਲ ਮਿੱਟੀ ਦਾ ਤੇਲ ਐਲ ਪੀ ਜੀ ਫਰਨਾਲ ਪੈਰਾਫਿਨ ਮੋਮ ਆਦਿ ਨੂੰ ਵੱਖ ਕਰਨਾ ਪਦਾਰਥਾਂ ਨੂੰ ਨਿਖੇੜਨ ਦੀ ਕੁਝ ਛੋਟਾ ਸਧਾਰਨ ਵਿੱਚੋਂ ਵਿਧੀਆਂ ਹਨ ਹੱਥ ਨਾਲ ਚੁਗਣਾ ਵਿਧੀ ਗਾਹੀ ਛਟਣਾ ਤੇ ਉਡਾਉਣਾ ਛਾਨਣ ਤਲ ਛਟਣਾ ਅਤੇ ਨਿਤਾਰਨਾ ਵਾਸ਼ਪੀਕਰਨ ਸੰਗ੍ਰਹਿਣ ਆਦਿ ਇਹ ਸੀ ਦੋਸਤੋ ਤੁਹਾਡਾ ਪੇਪਰ ਇਸ ਤਰ੍ਹਾਂ ਤੁਹਾਡਾ ਪੂਰਾ ਪੇਪਰ ਹੱਲ ਹੋ ਚੁੱਕਿਆ ਹੈ ਜੇਕਰ ਤੁਹਾਨੂੰ ਹੋਰ ਵੀ ਕੋਈ ਕਾਸਟ ਪੇਪਰ ਚਾਹੀਦਾ ਹੈ ਤਾਂ ਤੁਸੀਂ ਕਮੈਂਟ ਬਾਕ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹ ਜੇ ਪੇਪਰ ਹੋਰ ਦੇਖਣ ਦੇ ਲਈ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ ਥੈਂਕਸ